सत श्री अकाल जी, मेरा नाम है सीमा रानी ते मैं तुहानू अज सिखाउण जा रही हां फाइन मोटर एक्टिविटीज। ते आओ असीं स्टार्ट करदे हां फाइन मोटर एक्टिविटीज। सब तो पहला मैं लैने एक उच बरांटे ते एक खाली बोतल। असीं बरांटे एक एक करके इस बोतल विच पावांगे। असी बच्चों को इस तरह ही एक्टिविटी सिखावांगे। इस एक्टिविटीज के नाल एक ते बच्चे का आई कोऑर्डिनेशन एक फाइन मोटर दोनों ही डेवलप होंदिया हैं। इस तरह ही एक एक करके बच्चे बरांटे बोतल पाने वास्ते कहांगे। हुण असीं करांगे अपनी अगली एक्टिविटी। अगली एक्टिविटी वास्ते असीं ले हैं कुछ मकरोनी ते एक खाली प्लेट। एक खाली प्लेट मकरोनी ते रसोई च वरतों आने वाला है चिमटा। हुण असीं मकरोनी का एक एक पीस चुक के प्लेट विच रखांगे। ते बच्चियां नूं भी ये एक्टिविटी इसे तरीके करावांगे। इस एक्टिविटी नाल भी बच्चों का आई कोऑर्डिनेशन ते फाइन मोटर दोनों स्किल डेवलप होंदिया हैं। ਅਸੀਂ ਇੱਕ ਇੱਕ ਕਰਕੇ ਮਕਰੋਨੀ ਦੇ ਸਾਰੇ ਪੀਸ ਪਲੇਟ ਵਿੱਚ ਪਾਵਾਂਗੇ। ਇੱਦਾਂ ਹੀ ਅਸੀਂ ਇੱਕ ਇੱਕ ਪੀਸ ਕਰਕੇ ਸਾਰੇ ਪੀਸ ਇਸ ਚਿਮਟੇ ਨਾਲ ਚੁੱਕ ਕੇ ਸਾਰੇ ਪੀਸ ਪਲੇਟ ਵਿੱਚ ਪਾਵਾਂਗੇ। ਤੇ ਹੁਣ ਕਰਾਂਗੇ ਅਸੀਂ ਆਪਣੀ ਅਗਲੀ ਐਕਟੀਵਿਟੀ। ਅਗਲੀ ਐਕਟੀਵਿਟੀ ਵਾਸਤੇ ਅਸੀਂ ਲਈਏ ਇੱਕ ਡਰਾਇੰਗ ਸ਼ੀਟ ਤੇ ਕਰੇਓਨ ਕਲਰ। ਅਸੀਂ ਲਈਏ ਇੱਕ ਡਰਾਇੰਗ ਸ਼ੀਟ ਤੇ ਕਰੇਓਨ ਕਲਰ। ਅਸੀਂ ਬੱਚੇ ਨੂੰ ਫਰੀ ਹੈਂਡ ਡਰਾਇੰਗ ਸ਼ੀਟ ਤੇ ਕਰੇਓਨ ਕਰਨ ਵਾਸਤੇ ਕਰੇਓਨ ਡਰਾ ਕਰਨ ਵਾਸਤੇ ਕਵਾਂਗੇ। ਬੱਚੇ ਨੂੰ ਅਸੀਂ ਇਸ ਤਰ੍ਹਾਂ ਫਰੀ ਹੈਂਡ ਡਰਾ ਕਰਨ ਵਾਸਤੇ ਕਵਾਂਗੇ ਬਿਨਾਂ ਕੋਈ ਇੰਸਟਰਕਸ਼ਨਸ ਦਿੱਤੇ ਹੋਏ। ਬੱਚੇ ਨੂੰ ਇੰਸਟਰਕਸ਼ਨਸ ਕੋਈ ਨਹੀਂ ਦੇਣੀ ਹੈ। ਬੱਚਾ ਜਿਸ ਤਰ੍ਹਾਂ ਕਲਰ ਕਰਦਾ ਹੈ ਉਸਨੂੰ ਕਰਨ ਦੇਣਾ ਹੈ। ਕੁਝ ਦਿਨ ਜਾਂ ਕੁਝ ਹਫ਼ਤੇ ਜਦੋਂ ਬੱਚਾ ਇਸ ਤਰ੍ਹਾਂ ਹੀ ਡਰਾ ਕਰੇਗਾ ਤੇ ਉਸਦੀ ਡਰਾਇੰਗ ਥੋੜੀ ਠੀਕ ਹੋ ਜਾਏਗੀ। ਤੇ ਫਿਰ ਅਸੀਂ ਬੱਚੇ ਨੂੰ ਸਰਕਲ ਵਿੱਚ, ਟ੍ਰਾਇੰਗਲ ਵਿੱਚ ਜਾਂ ਸ਼ੇਪਸ ਦੇ ਵਿੱਚ ਡਰਾ ਕਰਨ ਵਾਸਤੇ ਦਵਾਂਗੇ। ਹੁਣ ਅਸੀਂ ਚੱਲਾਂਗੇ ਆਪਣੀ ਅਗਲੀ ਐਕਟੀਵਿਟੀ ਵੱਲ। ਅਗਲੀ ਐਕਟੀਵਿਟੀ ਵਾਸਤੇ ਮੈਂ ਇੱਕ ਟੂਥ ਬ੍ਰਸ਼ ਰੱਖਣ ਵਾਲੀ ਬਾਸਕਿਟ ਲਈ ਹੈ ਜਿਹਦੇ ਵਿੱਚ ਤੁਸੀਂ ਦੇਖਿਆ ਹੈ ਕਿ ਵੱਡੇ ਵੱਡੇ ਸ਼ੇਪ ਨੇ
इन्हां शेकां दे विचों दी असी इह धागा लंघावांगे। ते बच्चे नूं भी इस तरह ही असी अपनी ए वाली एक्टिविटी करावांगे। इस एक्टिविटी दे नाल भी बच्चे दा आई कोआर्डिनेशन ते फाइन मोटर दोनों स्किल डिवेलप हुंदियां हन। देखो इस तरह भी असी धागा विचों दी लंघावांगे शेकां दे विचों दी। हुण एही एक्टिविटी नूं असी किसे होर बाउल दे नाल भी करांगे। ए शेक वड्डे सी जिन्हां दे विचों दी असी धागा लंघाया है। हुण असी एक बाउल लवांगे जिहदे शेक छोटे होणगे। इस एक्टिविटी नूं दो वारी करन दा साडा इह मकसद है। ईजी तो कंपलैक्स वल असी चलांगे। पहला असी ਵੱਡੇ ਸ਼ੇਕਾਂ ਦੇ ਵਿੱਚੋਂ ਵੀ ਧਾਗਾ ਲੰਘਾਇਆ, ਹੁਣ ਅਸੀਂ ਛੋਟੇ ਸ਼ੇਕਾਂ ਦੇ ਵਿੱਚੋਂ ਵੀ ਧਾਗਾ ਲੰਘਾਵਾਂਗੇ। ਉਹਦੇ ਲਈ ਅਸੀਂ ਲਵਾਂਗੇ ਛੋਟੇ ਸ਼ੇਕਾਂ ਵਾਲਾ ਇੱਕ ਬਾਊਲ। ਇਹ ਸਾਡਾ ਕਨਸੈਪਟ ਈਜ਼ੀ ਟੂ ਟਫ ਵੱਲ ਵੀ ਚੱਲੇਗਾ। ਪਹਿਲਾਂ ਅਸੀਂ ਵੱਡੇ ਸ਼ੇਕਾਂ ਦੇ ਵਿੱਚੋਂ ਦੀ ਲੰਘਾਇਆ ਸੀ ਧਾਗਾ, ਹੁਣ ਅਸੀਂ ਛੋਟੇ ਸ਼ੇਕਾਂ ਦੇ ਵਿੱਚੋਂ ਦੀ ਧਾਗਾ ਲੰਘਾ ਰਹੇ ਹਾਂ। ਦੇਖੋ ਇਸ ਤਰ੍ਹਾਂ ਅਸੀਂ ਧਾਗਾ ਇੱਕ ਤੋਂ ਦੂਸਰੇ ਸ਼ੇਕ ਦੇ ਵਿੱਚੋਂ ਦੀ ਲੰਘਾਇਆ ਹੈ। ਹੁਣ ਅਸੀਂ ਚੱਲਾਂਗੇ ਆਪਣੀ ਅਗਲੀ ਐਕਟੀਵਿਟੀ ਦੇ ਵੱਲ। ਅਗਲੀ ਐਕਟੀਵਿਟੀ ਦੇ ਲਈ ਅਸੀਂ ਲਵਾਂਗੇ ਘਰ ਚ ਆਮ ਵਰਤੋਂ ਚ ਆਉਣ ਵਾਲਾ ਇੱਕ ਐਕਸਟੈਂਸ਼ਨ। ਇਸ ਐਕਸਟੈਂਸ਼ਨ ਦੇ ਨਾਲ ਅਸੀਂ ਦੇਖਿਆ ਹੈ ਕਿ ਜਦੋਂ ਅਸੀਂ ਵਾਇਰ ਨੂੰ ਤਾਰ ਨੂੰ ਇਕੱਠੀ ਕਰਦੇ ਹਾਂ ਤੇ ਇਸ ਸਰਕਲ ਨੂੰ ਘੁਮਾਉਣਾ ਹੁੰਦਾ ਹੈ। ਤੁਸੀਂ ਦੇਖ ਸਕਦੇ ਹੋ ਇਸ ਤਰ੍ਹਾਂ। ਇਸ ਐਕਟੀਵਿਟੀ ਨੂੰ ਕਰਨ ਦੇ ਵਿੱਚ ਸਾਡੀ ਇਹ ਵਾਲੀ ਮੂਵਮੈਂਟ ਚੱਲ ਰਹੀ ਹੈ, ਹੱਥ ਦੀ ਇਹ ਵਾਲੀ ਮੂਵਮੈਂਟ ਚੱਲ ਰਹੀ ਹੈ। ਅਸੀਂ ਬਾਰ ਬਾਰ ਬੱਚੇ ਨੂੰ ਬਾਰ ਬਾਰ ਕੱਢਣ ਵਾਸਤੇ ਕਵਾਂਗੇ ਤੇ ਫਿਰ ਉਸਨੂੰ ਬਾਰ ਬਾਰ ਤਾਰ ਇਕੱਠੀ ਕਰਨ ਵਾਸਤੇ ਕਵਾਂਗੇ। ਵਾਲਾਂ ਦੇ ਲਈ ਜੋ ਵਰਤੋਂ ਕੀਤਾ ਜਾਂਦਾ ਕਲਚਰ ਉਸਦੀ ਵਰਤੋਂ ਕਰਾਂਗੇ ਫਾਈਨ ਮੋਟਰ ਸਕਿੱਲ ਦੇ ਲਈ।
ऐसी अज कुछ फाइन मोटर एक्टिविटीज जो असी तुहानू सिखाईआं है बच्चियां दे लई।